ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਇਸ ਵੇਲੇ। ਇੱਕ ਪਾਸੇ ਜਲੰਧਰ ਦੇ ਵਿੱਚ ਮਤਾ ਪਾਇਆ ਜਾਂਦਾ ਹੈ ਕਿ ਪ੍ਰਧਾਨ ਬਦਲੋ, ਤਾਂ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਪ੍ਰਧਾਨ ਦੇ ਨਾਲ ਖੜੇ ਹਾਂ। ਵਿਰਸਾ ਸਿੰਘ ਬਲਟੋਆ ਸੀਨੀਅਰ ਲੀਡਰ ਨਾਲ ਨੇ। ਬਲਟੋਆ ਸਾਹਿਬ, ਹੋ ਕੀ ਰਿਹਾ? ਪ੍ਰੇਮ ਸਿੰਘ ਚੰਦੂ ਮਾਜਰਾ, ਟੋੜਾ ਪਰਿਵਾਰ, ਮਾਸਰ ਤਾਰਾ ਸਿੰਘ ਪਰਿਵਾਰ, ਬੀਬੀ ਜਗੀਰ ਕੌਰ ਵਡਾਲਾ ਪਰਿਵਾਰ, ਸਾਰੀ ਅਕਾਲੀ ਦਲ ਦੀ ਲੀਡਰ ਕਹਿ ਰਹੀ ਹੈ ਕਿ ਹੁਣ ਪ੍ਰਧਾਨ ਬਦਲ ਦਿਉ। ਉਹ ਜਲੰਧਰ ਦੇ ਵਿੱਚ ਬੈਠਕ ਕਰ ਰਹੇ ਆ, ਮਤੇ ਪਾ ਰਹੇ ਨੇ। ਦੇਖੋ, ਜੇ ਤਾਂ ਪਰਿਵਾਰ ਕਰਾਉਣੇ ਹੈ, ਇੱਕ ਬੰਨੇ 5 ਹੋਣਗੇ ਅਤੇ ਇੱਕ ਬੰਨੇ 500 ਹੈ, ਪਰਿਵਾਰਾਂ ਦੀ ਗਿਣਤੀ ਨਾਲ ਗੱਲ ਨਹੀਂ ਬਣਦੀ। ਗੱਲ ਹੈ ਪਾਰਟੀ ਦੇ ਜ਼ਾਬਤੇ ਦੀ, ਪਾਰਟੀ ਦੇ ਸਿਧਾਂਤ ਦੀ। ਅਤੇ ਚਲੋ ਠੀਕ ਹੈ ਕਿ ਅੱਜ ਜਿਹੜੇ ਹਾਲਾਤਾਂ 'ਚੋਂ ਪਾਰਟੀ ਲੰਘ ਰਹੀ ਹੈ, ਅਤੇ ਪਾਰਟੀ ਦਾ ਹਤੈਸ਼ੀ ਤਾਂ ਉਹੀ ਹੁੰਦਾ ਨਾ ਜਿਹੜੀ ਪਾਰਟੀ ਦੀ ਮਜ਼ਬੂਤੀ ਵਾਸਤੇ ਗੱਲ ਕਰਦਾ ਅਤੇ ਚੜ੍ਹਦੀ ਕਲਾ ਦੀ ਗੱਲ ਕਰਦਾ, ਚੜ੍ਹਦੀ ਕਲਾ ਵਾਲੇ ਪਾਸੇ ਲਿਜਾਣ ਦੀ ਗੱਲ ਕਰਦਾ। ਇੱਕ ਬੰਨੇ ਜਿਹੜੇ ਸ਼ਰੀਕ ਨੇ ਉਹ ਵੱਢਣ ਨੂੰ ਫਿਰਨ, ਅਤੇ ਜਿਹੜੇ ਘਰ ਵਾਲੇ ਉਹਦੀ ਧੌਣ ਨੂੰ ਤੇਲ ਲਾਉਣ ਕਿ ਵੱਢਣ 'ਚ ਅਗਲੇ ਨੂੰ ਦਿੱਕਤ ਨਾ ਹੋਵੇ, ਅਤੇ ਫਿਰ ਕਹਿਣ ਕਿ ਮੈਂ ਤੇਰਾ ਬੜਾ ਹਤੈਸ਼ੀ ਹੈ। ਅੱਜ ਉਹ ਸੱਜਣ ਸਾਡੇ ਜਿਹੜੇ ਨੇ ਉਹ ਰੋਲ ਅਦਾ ਕਰ ਰਹੇ ਨੇ ਜਿਹੜਾ ਨਹੀਂ ਕਰਨਾ ਚਾਹੀਦਾ। ਬਾਕੀ ਰਹੀ ਗੱਲ ਅਕਾਲੀ ਦਲ ਦੀ, ਅਕਾਲੀ ਦਲ ਦੇ ਵਿੱਚ ਬੜੇ ਮੈਂ ਉਤਰਾਅ ਚੜ੍ਹਾਅ ਦੇਖੇ। ਮੇਰੀ ਉਮਰ ਭਾਵੇਂ ਅਜੇ 65 ਸਾਲੀ ਹੈ, ਪਰ ਮੈਂ ਉਹ ਵੀ ਸਮਾਂ ਦੇਖਿਆ ਹੈ ਕਿ ਇੱਕ ਰਾਤ ਪ੍ਰਧਾਨ ਹੋਰ ਹੁੰਦਾ ਸੀ ਅਤੇ ਦੂਜੇ ਦਿਨ ਆਣ ਕੇ ਪ੍ਰਧਾਨ ਹੋਰ ਹੁੰਦਾ ਸੀ। ਦਫ਼ਤਰ ਦੇ ਉੱਤੇ ਕਬਜ਼ੇ ਨੂੰ ਲੈ ਕੇ ਗੋਲੀਆਂ ਚੱਲਦੀਆਂ ਹੁੰਦੀਆਂ ਸੀ, ਕਬਜ਼ੇ ਚੱਲਦੇ ਹੁੰਦੇ ਸੀ। ਜਥੇਦਾਰ ਮੋਹਨ ਸਿੰਘ ਤੋੜਦਾ, ਜਥੇਦਾਰ ਜਗਦੀਪ ਸਿੰਘ ਤਲਵੰਡੀ ਦਾ, ਅਤੇ ਅਕਾਲੀ ਦਲ ਉਦੋਂ ਵੀ ਚੜ੍ਹਦੀ ਕਲਾ ਸੀਗਾ। ਤੁਸੀਂ ਕਹਿ ਰਹੇ ਹੋ ਪ੍ਰਧਾਨ ਬਦਲਣ ਦੀ ਲੋੜ ਨਹੀਂ ਹੈ, ਬਿਲਕੁਲ ਗਲਤ ਨਹੀਂ। ਕਿਹੜੀ ਗੱਲ ਨੂੰ ਬਦਲ ਗਈ? ਪ੍ਰਧਾਨ 'ਚ ਕਮੀ ਹੋਵੇ ਤਾਂ ਗੱਲ ਵੱਖਰੀ, ਕਮੀ ਤਾਂ ਸਾਡੇ 'ਚ ਹੈ। ਇਹ ਬੀਬੀ ਜਗੀਰ ਕੌਰ ਕਹਿ ਰਹੇ ਹੈ ਨਾ? ਨਹੀਂ, ਇਹ ਛੋਟੇਪੁਰ ਕਹਿ ਰਹੇ ਆ। ਬੀਬੀ ਜਗੀਰ ਕੌਰ ਕਹਿ ਰਹੇ, ਕਿਉਂ ਕਹਿ ਰਹੇ? ਬੀਬੀ ਜਗੀਰ ਕੌਰ ਨੂੰ ਕੀ ਹੋਇਆ? ਨਹੀਂ, ਪਾਰਟੀ ਪ੍ਰਧਾਨ 'ਚ ਕੋਈ ਕਮੀ ਤਾਂ ਦੱਸਣ। ਗਲਤ ਕਹਿਣ ਡੇ ਆ ਵੀ ਜਿਹੜੀ ਗੱਲ ਹੁਣੇ ਕੀਤੀ ਹੈ ਗਰੇਵਾਲ ਸਾਹਿਬ ਨੇ ਕਿ ਹਾਰੇ ਤਾਂ ਮੇਰੇ ਅਰਗੇ, ਅਤੇ ਜਿਹੜਾ ਜਿੱਤਿਆ ਉਹਦੇ 'ਤੇ ਸਵਾਲ ਉਠਾਈ ਜਾਂਦੇ ਹਾਂ, ਠੀਕ ਹੈ ਨਾ? ਅਤੇ ਫਿਰ ਕਹਿੰਦੇ ਕਿ ਵਿਰੋਧ ਉਹਦਾ ਆ, ਉਹ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣਾ ਕੇ ਤਾਂ ਉਹਨੇ ਤੋਰਤਾ। ਇਸ ਕਰਕੇ ਜਿਹੜਾ ਆ ਝਾਕਣ ਦੀ ਆਪਦੇ ਅੰਦਰ ਲੋੜ ਹੈ ਕਿ ਕਮਜ਼ੋਰੀ ਕਿੱਥੇ। ਕਮਜ਼ੋਰੀ ਮੋਟੀ ਜਿਹੀ ਗੱਲ ਇਹੀ ਹੈ ਕਿ ਬੜੀਆਂ ਕੋਸ਼ਿਸ਼ਾਂ ਉਹਨਾਂ ਕੀਤੀਆਂ ਸੀਗੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਕਿ ਤਾਰਾਂ ਬੀਜੇਪੀ ਨਾਲ ਜੁੜ ਜਾਣ। ਕਿੰਨੇ ਕਿੰਨੇ ਆ ਜਿੰਨੇ ਵੀ ਸੱਜਣ ਨੇ, ਨਾਮ ਲੈ ਕੇ ਦੱਸ ਦੇ। ਨਾਂ ਕਦਾ ਲੈਣਾ? ਚੰਦੂ ਮਾਜਰਾ, ਚੰਦੂ ਮਾਜਰਾ ਸਾਹਿਬ ਹੈਗੇ ਸੀ, ਉੱਚੇ ਸੀਗੇ। ਬੀਬੀ ਜਗੀਰ ਕੌਰ ਸਾਹਿਬ ਸੀਗੇ, ਰੱਖੜਾ ਸਾਹਿਬ ਸੀਗੇ। ਚਲੋ, ਬੀਬੀ ਜਗੀਰ ਕੌਰ ਤੇ ਉਦੋਂ ਹੋਏ ਨਹੀਂ ਸੀਗੇ ਪਹਿਲੋਂ। ਹਾਂਜੀ, ਇਹ ਜਿਹੜੇ ਸੀਗੇ ਸਾਰੇ ਹੀ ਕੋਸ਼ਿਸ਼ ਕਰਦੇ ਰਹੇ, ਪਰ ਕਿਉਂਕਿ ਇਹ ਕਹਿੰਦੇ ਸੀ ਕਿ ਬੀਜੇਪੀ ਨਾਲ ਅਲਾਈਅੰਸ ਕਰ ਲਓ, ਇਹ ਸਾਰੇ ਕਹਿ ਰਹੇ ਸੀ। ਡੈਫੀਨੇਟਲੀ, ਔਰ ਓਪਨਲੀ, ਓਹਲਾ ਛੁਪਾ ਨਹੀਂ, ਓਪਨਲੀ ਕਹਿੰਦੇ ਸੀਗੇ। ਅਸੌਦੇ ਮਾਰ ਮਾਰ ਕੇ ਆਉਂਦੇ ਸੀਗੇ ਜੀ, ਇੰਨੀਆਂ ਸੀਟਾਂ 'ਤੇ ਕਰ ਲਈਏ ਜੀ, ਇੰਨੀਆਂ 'ਤੇ ਆ ਗਏ ਆ ਜੀ ਹੁਣ। ਹਾਂਜੀ, ਪਹਿਲੋਂ ਇੰਨੀਆਂ ਕਹਿੰਦੇ, ਹੁਣ ਇੰਨੀਆਂ ਕਹਿੰਦੇ ਆ, ਸਾਡੀ ਰੱਖ ਲਓ। ਇੱਥੇ ਤੱਕ ਗੱਲਾਂ ਚੱਲਦੀਆਂ ਰਹੀਆਂ। ਚਲੋ, ਉਸ ਪਾਸੇ ਨਹੀਂ ਜਾਣਾ ਚਾਹੁੰਦੇ ਜਦੋਂ ਕਿ ਪਾਰਟੀ ਪ੍ਰਧਾਨ ਨੇ ਜਾਂ ਪਾਰਟੀ ਨੇ ਸਮੁੱਚੀ ਨੇ ਫੈਸਲਾ ਕੀਤਾ, ਤੁਹਾਡੇ ਸਾਹਮਣੇ ਮਤਾ ਪਾਸ ਕੀਤਾ ਸੀਗਾ ਕਿ ਸਾਡੇ ਵਾਸਤੇ ਪੰਥ ਪੰਜਾਬ ਅਤੇ ਪੰਜਾਬੀਅਤ ਅਤੇ ਪੰਥ ਅਤੇ ਪੰਜਾਬ ਦੇ ਹਿੱਤ ਪਹਿਲਾਂ ਆ, ਅਤੇ ਸੱਤਾ ਜਿਹੜੀ ਸਾਡੇ ਵਾਸਤੇ ਬਾਅਦ 'ਚ ਹੈ। ਹੁਣ ਇਹਨਾਂ ਦਾ ਹੋਏਗਾ ਕੀ? ਜਿਹੜੀ ਇਹ ਲੰਬੀ ਫਹਿਰਿਸਤ ਹੈ, ਇਹ ਵੱਖਰੀ ਅਕਾਲੀ ਦਲ ਦਾ ਰਾਗ ਅਪਲਾਪਣਗੇ, ਇਹ ਪ੍ਰਧਾਨ ਹਟਾਉਣ 'ਤੇ ਜ਼ੋਰ ਪਾਉਣਗੇ, ਜਾਂ ਫਿਰ ਇਹਨਾਂ ਦੇ ਉੱਤੇ ਪਾਰਟੀ ਦੇ ਖਿਲਾਫ਼ ਚੱਲਣ 'ਤੇ ਐਕਸ਼ਨ ਜਿਹੜਾ ਉਹ ਤੁਹਾਡੇ ਵੱਲੋਂ ਪਾਰਟੀ ਵੱਲੋਂ ਲਿੱਤਾ ਜਾਏਗਾ? ਦੇਖੋ, ਪਾਰਟੀ ਪ੍ਰਧਾਨ ਤੇ ਰਹਿਣਾ ਸਰ ਸੁਖਬੀਰ ਸਿੰਘ ਬਾਦਲ ਨੇ, ਠੀਕ ਹੈ? ਨਾ ਤਾਂ ਮੇਰੇ ਕਹਿਣ 'ਤੇ ਲੱਥਣਾ ਹੈ, ਅਤੇ ਨਾ ਕਪਾਹੀ ਦੇ ਕਹਿਣ 'ਤੇ ਲੱਥਣਾ ਹੈ। ਕਪਾਹੀ ਤਾਂ ਕਹਿੰਦੇ ਨਹੀਂ, ਨਾ ਕਿਸੇ ਝੋਨੇ ਦੇ ਕਹਿਣ 'ਤੇ ਲੱਥਣਾ ਹੈ, ਠੀਕ ਹੈ?
ਹੁਣ ਮੋਟੀ ਜੀ ਗੱਲ ਹੈ ਕਿ ਪਾਰਟੀ ਦਾ ਇੱਕ ਸਿਸਟਮ ਹੈ, ਸੰਵਿਧਾਨ ਹੈ, ਵਿਧਾਨ ਹੈ, ਪਾਰਟੀ ਤਾਂ ਉਹਦੇ ਮੁਤਾਬਕ ਚੱਲਦੀ ਹੈ। ਉਹ ਬੋਡੀ 'ਚ ਸਾਰੀਆਂ ਜਿਹੜੀਆਂ ਨੇ ਉਹ 99% ਦੇ ਉੱਤੇ ਜਿਹੜੀਆਂ ਨੇ ਸਤਿ ਸੁਖਬੀਰ ਸਿੰਘ ਬਾਦਲ ਦੇ ਨਾਲ ਖਲੋਤੀਆਂ ਨੇ। ਜਦਕਿ ਸਤਿ ਸੁਖਬੀਰ ਸਿੰਘ ਬਾਦਲ ਕਹਿੰਦਾ ਹੈ ਕਿ ਭਾਈ ਵੀ ਜੇ ਤੁਹਾਡੀ ਇੱਛਾ ਆ, ਮਤਾਂ ਕੋਈ ਸੋਚਿਆ ਜੇ, ਮੈਂ ਤਾਂ ਇੱਕ ਮਿੰਟ ਲਾਊਂ, ਹਾਂਜੀ ਤੁਸੀਂ ਹੁਕਮ ਕਰੋ, ਮੈਂ ਪਾਸੇ ਹਟਣ ਲਈ ਤਿਆਰ। ਕਹਿੰਦੇ ਮੈਂ ਪ੍ਰਧਾਨ ਦੀ ਅਸਤੀਫਾ ਦੇਣ ਲਈ ਤਿਆਰ ਹਾਂ ਜੇ ਤੁਸੀਂ ਕਹਿੰਦੇ ਹੋ। ਬਿਲਕੁਲ, ਅੱਜ ਓਪਨਲੀ ਗੱਲਾਂ ਹੋਈਆਂ ਨੇ। ਔਰ ਦੂਸਰੀ ਗੱਲ ਜਿਹੜੀ ਹੈ, ਲੇਕਿਨ ਦੂਜੇ ਪਾਸੇ ਕਹਿ ਵੀ ਰਹੇ ਹੋ ਕਿ ਦੇ ਦਿਓ, ਉਹਨਾਂ ਦੀ ਗੱਲ ਥੋੜ੍ਹੀ ਚੱਲਣੀ ਹੈ ਜੀ। ਗੱਲ ਤਾਂ ਪਹਿਲੀ ਤਾਂ ਗੱਲ ਹੈ ਕਿ 100% ਇੱਕ ਤਰ੍ਹਾਂ ਪਾਰਟੀ ਜਿਹੜੀ ਪ੍ਰਧਾਨ ਦੇ ਨਾਲ ਖੜੋਤੀ ਹੈ, 99% ਤੋਂ ਵੀ ਉੱਤੇ ਖੜੋਤੀ ਹੈ। ਅਤੇ ਜੇ ਕੋਈ ਐਵੇਂ 0.5 ਕੋਈ ਕਹਿ ਰਿਹਾ ਆ, ਉਹ ਤਾਂ ਗੱਲ ਨਹੀਂ ਨਾ ਬਣਦੀ। ਹੁਣ ਗੱਲ ਇੰਨੀ ਕਾ ਸਾਡੀ ਜਿਹੜੀ ਮੁੱਕਦੀ ਜੀ ਗੱਲ ਹੈ ਕਿ ਉਹਨਾਂ ਨੂੰ ਸਲਾਹ ਸੱਜਣਾ ਨੂੰ ਇਹੀ ਹੈ, ਇਹ ਪਾਰਟੀ ਨਾ ਤਾਂ ਸੁਖਬੀਰ ਸਿੰਘ ਬਾਦਲ ਦੀ ਹੈ, ਨਾ ਕਿਸੇ ਹੋਰ ਦੀ ਹੈ। ਮਹਾਰਾਜ ਨੇ ਰਾਜਸੀ ਸੱਤਾ ਦਿੱਤੀ ਵੀ ਬੜੀ ਹੈ ਅਕਾਲੀ ਦਲ ਨੂੰ, ਤੇ ਦਊਗਾ ਵੀ। ਨਹੀਂ, ਇਹਨਾਂ ਦਾ ਹੁਣ ਕਰੋਗੇ ਕੀ? ਇਹ ਪਾਰਟੀ 'ਚ ਰਹਿਣਗੇ ਜਾਂ ਪਾਰਟੀ 'ਚੋਂ ਕੱਢੋਗੇ? ਮੈਨੂੰ ਗੱਲ ਪੂਰੀ ਕਰ, ਰਾਜਸੀ ਸੱਤਾ ਦਿੱਤੀ ਵੀ ਬੜੀ ਹੈਗਾ ਤੇ ਦਊਗਾ ਵੀ ਬੜੀ, ਪਰ ਗੱਲ ਹੈ ਕਿ ਸੱਚ ਤੇ ਖੜੋ। ਹਾਂਜੀ, ਬਗਾਨਿਆਂ ਦੇ ਟੇਟੇ ਨਾ ਚੜੋ। ਜਿਹੜੇ ਬਗਾਨਿਆਂ ਦੇ ਟੇਟੇ ਚੜ੍ਹਦੇ ਆ, ਤੇ ਇੱਥੇ ਢੀਂਡਸਾ ਸਾਹਿਬ ਪਹਿਲੋਂ ਗਏ ਸੀਗੇ, ਸਾਡੇ ਸਤਿਕਾਰਯੋਗ ਨੇ ਅੱਗੇ ਵੀ ਬਗਾਨਿਆਂ ਦੇ ਟੇਟੇ ਚੜ੍ਹ ਕੇ ਗਏ, ਤੇ ਫਿਰ ਕਹਿੰਦੇ ਕਿ ਯਾਰ ਮੈਨੂੰ ਤਾਂ 6 ਮਹੀਨੇ ਹੋ ਗਏ ਬੀਜੇਪੀ ਵਾਲਿਆਂ ਨੂੰ ਫੋਨ ਕਰਦਾ ਮਿਲਣ ਵਾਸਤੇ, ਮੈਨੂੰ ਤਾਂ ਮਿਲਣ ਦਾ ਟਾਈਮ ਵੀ ਨਹੀਂ ਦਿੰਦੇ, ਮੈਂ ਤਾਂ ਅਕਾਲੀ ਦਲ 'ਚ ਚੰਗਾ, ਮੈਨੂੰ ਅਕਾਲੀ ਦਲ 'ਚ ਲੈ ਲਓ। ਹਾਂਜੀ, ਉਹੀ ਢੀਂਡਸਾ ਸਾਹਿਬ ਨੇ ਨਾ। ਹੁਣ ਕਿਉਂ ਫਿਰ ਭੌਂ ਕੇ ਜਿਹੜੀ ਇਹ ਖੇਡ ਖੇਡੀ ਜਾ ਰਹੀ ਹੈ? ਕੋਈ ਫਿਰ ਨਵੇਂ ਸਿਰਿਓਂ ਕੋਈ ਸਿਗਨਲ ਚੱਲ ਰਹੇ ਨੇ? ਇਸ ਕਰਕੇ ਜਿਹੜਾ ਹੈ ਖੇਡਾਂ ਜਿਹੜੀਆਂ ਨੇ, ਚਾਹੇ ਕੋਈ ਵੀ ਆ ਜਿਹੜਾ ਵੀ ਸਾਹਿਬ ਖੇਡ ਰਿਹਾ ਆ, ਮਾੜੀ ਗੱਲ ਹੈ, ਸੱਦਾ ਦਿੰਦੇ। ਬਾਕੀ ਰਹਿ ਗਈ ਗੱਲ ਕਿ ਭੁੰਦਰ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਲੀਅਰ ਕਰਤਾ, ਡਿਸਿਪਲਿਨਰੀ ਕਮੇਟੀ ਦੇ ਉਹ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਨੇ, ਔਰ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਅਨੁਸ਼ਾਸਨ ਕਮੇਟੀ ਦਾ ਚੇਅਰਮੈਨ ਹਾਂ, ਅਸੀਂ ਕਿਸੇ ਨੂੰ ਕੱਢਾਂਗੇ ਨਹੀਂ, ਜੇ ਕੋਈ ਨਿਕਲਣਾ ਚਾਹੁੰਦਾ ਤਾਂ ਨਿਕਲ ਜੇ, ਉਹਦੀ ਮਰਜ਼ੀ ਹੈ। ਠੀਕ ਹੈ, ਇਸ ਦੇ ਪਿੱਛੇ ਬੀਜੇਪੀ ਹੈ, ਕਿਉਂਕਿ ਅਕਾਲੀ ਦਲ ਇਹ ਕਹਿੰਦਾ ਹੋਇਆ ਨਜ਼ਰ ਆਇਆ ਕਿ ਬੀਜੇਪੀ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸਾਰਿਆਂ ਦੇ ਪਿੱਛੇ ਬੀਜੇਪੀ ਹੈ ਜਾਂ ਇਹਨਾਂ ਦਾ ਮਕਸਦ ਕੀ ਹੈ? ਨਹੀਂ, ਇਹ ਤਾਂ ਕੋਈ ਦਰਾਵਾਂ ਹੀ ਨਹੀਂ ਗੀਆਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਦੀ ਲੀਡਰਸ਼ਿਪ ਹੈ, ਜਿਹੜੇ 2-3 ਸਿਖਰਲੇ ਆਗੂ ਨੇ, ਉਹ ਤਾਂ ਕਦਾਚਿਤ ਵੀ ਨਹੀਂ ਚਾਹੁੰਦੇ। ਉਹਨਾਂ ਨੇ ਪੰਜਾਬ 'ਚ ਜਿਸ ਤਰ੍ਹਾਂ ਦੀ ਗੇਮ ਖੇਡਣ ਦੀ ਕੋਸ਼ਿਸ਼ ਕੀਤੀ, ਜਾਂ ਵੱਖ ਵੱਖ ਸੂਬਿਆਂ 'ਚ ਖੇਡੀ, ਜਾਂ ਵੱਖ ਵੱਖ ਸੂਬਿਆਂ ਦੀਆਂ ਜਿਹੜੀਆਂ ਉੱਥੋਂ ਦੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਨਾਲ ਖੇਡੀ, ਉਹ ਤਾਂ ਕਿਸੇ ਨੂੰ ਉਹਲਾ ਨਹੀਂ, ਤਾਂ ਸਭ ਤੋਂ ਵੱਧ ਤਾਂ ਚੁੱਭਦੇ ਹੀ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ, ਤਾਂ ਜੇ ਵੇਰਿਆ ਵੀ ਉਹਨਾਂ ਅੱਗੇ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਵੇਰਿਆ। ਤੁਹਾਨੂੰ ਲੱਗਦਾ ਇਹਨਾਂ ਪਿੱਛੇ ਬੀਜੇਪੀ ਹੈ? ਯਾਰ 100% ਕਿਸੇ ਨੂੰ ਬੋਲਾ, ਤੁਹਾਨੂੰ ਬੋਲਾ? ਨਹੀਂ ਮੈਨੂੰ ਨਹੀਂ ਪਤਾ, ਮੈਂ ਤਾਂ ਨਹੀਂ ਪਤਾ, ਪੱਕਾ ਪਤਾ ਯਾਰ ਮੈਨੂੰ ਕੋਈ ਨਹੀਂ, ਉਹ ਯਾਰ ਪਤਾ ਆ, ਚੱਲ ਕੋਈ ਨਹੀਂ। ਤੁਹਾਨੂੰ, ਤੁਸੀਂ ਕਹਿ ਰਹੇ ਹੋ ਬੀਜੇਪੀ ਇਹਨਾਂ ਪਿੱਛੇ? ਬੀਜੇਪੀ ਜੀ 100%, ਮਗਰ ਬੀਜੇਪੀ ਕਿਉਂ ਕਹਿੰਦੇ ਆ ਕਿ ਬੀਜੇਪੀ ਆ, ਅਸੀਂ ਬੀਜੇਪੀ ਨਾਲ ਜਾਣਾ ਚਾਹੁੰਦੇ ਹਾਂ, ਜੇ ਨਹੀਂ ਕਿਹਾ ਤਾਂ ਗੁਰੂ ਘਰ ਚੱਲ ਫਿਰਨ, ਜੇ ਨਹੀਂ ਬੀਜੇਪੀ ਦੀਆਂ ਬਾਤਾਂ ਪਾਉਂਦੇ ਰਹੇ ਜਾਂ ਬੀਜੇਪੀ ਨਾਲ ਜਾਣ ਦੀਆਂ ਗੱਲਾਂ, ਉਹ ਆਫਟਰ ਇਲੈਕਸ਼ਨ ਵੀ। ਹਾਂਜੀ, ਆਪਾਂ ਕਿਤੇ ਆਦ ਨਹੀਂ ਕਰਗੇ, ਉਹ ਨਹੀਂ ਕਰਗੇ। ਚੀਜ਼ ਹੋਰ ਹੈ, 13 ਸੀਟਾਂ 'ਚੋਂ ਅਕਾਲੀ ਦਲ ਦੀ 1 ਸੀਟ ਆਈ, ਇੱਕ ਨਵਾਂ ਫਰੰਟ ਤਿਆਰ ਹੋ ਰਿਹਾ ਸਰਬਜੀਤ ਸਿੰਘ ਖਾਲਸਾ, ਦੂਜੇ ਪਾਸੇ ਅੰਮ੍ਰਿਤਪਾਲ, ਉਹ ਕਹਿ ਰਹੇ ਕਿ SGPC ਇਲੈਕਸ਼ਨ ਲੜਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਇਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਜਦੋਂ ਅੰਮ੍ਰਿਤਪਾਲ ਜਿੱਤ ਜਾਂਦੇ ਨੇ, ਜਦੋਂ ਸਰਬਜੀਤ ਖਾਲਸਾ ਹੋਰੀ ਜਿੱਤ ਜਾਂਦੇ ਨੇ, ਅਕਾਲੀ ਦਲ ਦੀ 1 ਸੀਟ ਆਉਂਦੀ ਹੈ, ਤੁਸੀਂ
ਇਸ ਸਿਨੈਰੀਓ ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਦੇਖ? ਹਰ ਇੱਕ ਦਾ ਹੱਕ ਹੈ, ਠੀਕ ਹੈ, ਸੰਵਿਧਾਨਕ ਹੱਕ ਹੈ, ਵਿਧਾਨਕ ਹੱਕ ਹੈ, ਪੰਥਕ ਹੱਕ ਹੈ, ਜਿਹੜਾ ਵੀ ਕੋਈ ਜਿੱਥੇ ਵੀ ਸੇਵਾ ਕਰਨ ਦੇ ਯੋਗ ਹੈ ਉਹਨੂੰ ਅੱਗੇ ਆਉਣਾ ਚਾਹੀਦਾ, ਕਰਨੀ ਚਾਹੀਦੀ ਹੈ। ਬਾਕੀ ਸਰਬਜੀਤ ਸਿੰਘ ਹੋਰਾਂ ਨੂੰ ਫਰੀਦਕੋਟ ਵਾਲਿਆਂ ਨੇ, ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ, ਕਾਰਗੁਜ਼ਾਰੀ ਦਿਖਾਉਣਗੇ, ਲੱਗ ਜਾਓ ਪਤਾ। ਹਾਂਜੀ, ਅਤੇ ਬਾਕੀ ਇਹ ਆਉਣ ਵਾਲੇ ਸਮੇਂ ਦੀਆਂ ਖੇਡਾਂ ਦਾ ਇਹ ਤਾਂ ਬੜਾ ਲੰਬੇ ਸਮੇਂ ਤੋਂ ਮੇਰਾ ਖਿਆਲ 10 ਸਾਲ ਤਾਂ ਤੁਹਾਨੂੰ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਗਈਆਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਗਈਆਂ, ਜਦੋਂ ਆ ਗਈਆਂ ਯਾਰ ਉਹ ਤਾਂ ਦੇਖ ਲਾਂਗੇ। ਕਿਉਂਕਿ ਅੰਮ੍ਰਿਤਪਾਲ ਦੇ ਪਿੱਛੇ ਤੁਸੀਂ ਲਗਾਤਾਰ ਕਹਿ ਰਹੇ ਸੀ RSS 2 ਲੱਖ ਦੇ ਕਰੀਬ ਮਾਰਜਨ ਤੋਂ ਜਿੱਤ ਗਿਆ, ਤੁਹਾਨੂੰ ਅੱਜ ਵੀ ਨਜ਼ਰ ਆਉਂਦਾ ਔਰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜੇਲ੍ਹ ਤੋਂ ਬਾਹਰ ਅੰਮ੍ਰਿਤਪਾਲ ਸਿੰਘ ਆਏਗਾ ਔਰ ਮਾਹੌਲ ਕੁਛ ਹੋਰ ਹੋਏਗਾ? ਕੀ ਨਜ਼ਰ ਕੀ ਆਉਂਦਾ ਤੁਹਾਡਾ? ਇੱਕ ਲੰਬਾ ਤਜ਼ਰਬਾ, ਤੁਹਾਡਾ ਉਹ ਤਜ਼ਰਬਾ ਕੀ ਕਹਿੰਦਾ? ਨਹੀਂ, ਮੈਨੂੰ ਨਹੀਂ ਪਤਾ ਬਾਹਰ ਕਦੋਂ ਆਉਂਦੇ ਆ ਕਦੋਂ ਨਹੀਂ ਆਉਂਦੇ, ਪਰ ਜੇ ਮੈਨੂੰ ਪੁੱਛੋਗੇ ਤਾਂ ਮੈਂ ਕਹਿੰਦਾ ਸਵੇਰੇ ਹੀ ਆਉਣੇ ਚਾਹੀਦੇ, ਆਉਣੇ ਚਾਹੀਦੇ, ਆਉਣੇ ਚਾਹੀਦੇ, ਇਸ ਕਰਕੇ ਵੀ ਆਉਣੇ ਚਾਹੀਦੇ ਆ ਕਿ ਉਹ ਚੁਣੇ ਗਏ ਆ, ਠੀਕ ਹੈ, ਲੋਕਾਂ ਦਾ ਕਿਉਂਕਿ ਜ਼ਿੰਮੇਵਾਰੀ ਪਈ ਉਹਨਾਂ ਦੇ ਸਿਰ 'ਤੇ। ਅਤੇ ਦੂਜੀ ਗੱਲ ਹੈ ਕਿ ਜਦੋਂ ਕੋਈ ਮੈਦਾਨ 'ਚ ਆਉਂਦਾ ਫਿਰ ਕਾਰਗੁਜ਼ਾਰੀ ਦਾ ਵੀ ਉਹਦੀ ਤਾਂ ਤਾਦੀ ਪਤਾ ਲੱਗਦਾ ਵੀ ਹੈ ਕਿੱਥੇ ਕਾ, ਖੜੋਤਾ ਕਿੱਥੇ ਕਾ ਹੈ, RSS ਪਿੱਛੇ ਹੈ ਜਾਂ ਨਹੀਂ? ਉਹ ਯਾਰ ਮੈਂ ਕਿਉਂਕਿ ਤੁਸੀਂ ਇਲੈਕਸ਼ਨ 'ਚ ਦੱਬ ਕੇ ਲਗਾਤਾਰ ਬੋਲੇ, ਸਾਰੀਆਂ ਗੱਲਾਂ ਕਹਿ ਹਟਿਆ, ਆਉਣ ਦਿਓ ਸਮਾਂ, ਆਉਣ ਦਿਓ, ਕਪਾਹੀ ਵੀ ਕਹੂ ਅਤੇ ਬਾਕੀ ਵੀ ਕਹਿਣਗੇ ਕਿ ਵਿਰਸਾ ਹੋਂ ਉਲਟੋਆ ਜੋ ਚੋਣਾਂ 'ਚ ਕਹਿੰਦਾ ਸੀ ਸੱਚ ਕਹਿੰਦਾ ਸੀ। ਚਲੋ, ਵਿਰਸਾ ਸਿੰਘ ਵਲਟੋਹਾ ਗੱਲਬਾਤ ਨਿਊਜ਼ 18 ਨਾਲ ਕਰ ਰਹੇ ਸੀ। ਇਸ ਵੇਲੇ ਕਹਿ ਰਹੇ ਨੇ ਕਿ ਪ੍ਰਧਾਨ ਸੁਖਬੀਰ ਬਾਦਲ ਹੀ ਰਹਿਣਗੇ ਔਰ ਜਿਹੜਾ ਇਸ ਵੇਲੇ ਧੜਾ ਬਾਗੀ ਧੜਾ ਵਾ ਉਸ ਦੇ ਪਿੱਛੇ BJP ਹੈ, ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਭਾਈ, ਨਿਊਜ਼ 18 ਚੰਡੀਗੜ੍ਹ।